ਯਾਰ ਉਤਾਰ ਦੇ ਯਾਰ, ਡਰ ਲੱਗਦਾ ਪਿਆ, ਨਹੀਂ ਜਾਣਾ ਭਾਈ, ਉਤਾਰ ਦੇ ਯਾਰ, ਉਤਾਰ ਦੋ ਭਾਈ, ਉਤਾਰ। A few moments later. ਅੱਗੇ ਭਾਈ, ਅੱਗੇ ਨਾ ਪਿੱਛੇ ਵੇਖੋ ਕਿਹਨਾਂ ਅੱਗੇ। ਸੀਟ ਬੈਲਟ ਰੱਖ ਲਓ, ਸੀਟ ਬੈਲਟ ਵੀ ਲਾ ਲਓ। ਹਾਂ ਸੀਟ ਬੈਲਟ ਲਾ ਲਓ। ਕੀ ਨਾਮ ਤੇਰਾ? ਸੂਰਜ। ਸੂਰਜ ਤੇਰਾ ਕੀ ਨਾਮ? ਹੈ ਗੋਲੂ? ਗੋਲੂ ਕੀ ਕੰਮ ਕਰਦੇ ਤੁਸੀਂ? ਬੈਟਰੀ ਇੱਧਰ ਕਿੱਧਰ ਚੱਲੇ? ਫਗਵਾੜਾ ਚੱਲੇ ਹੈਗੇ। ਤੁਰ ਕੇ ਕਿੱਥੇ ਤੋਂ ਦਾ ਕਿੱਥੋਂ ਤੋਂ? ਇਹ ਆ ਗੁਰਾਇਆ ਦਾ। ਤੂੰ ਕਿੱਥੋਂ ਦਾ? ਕੌਣ? ਮੈਂ, ਅਸੀਂ ਦੋਨੋਂ ਗੁਰਾਇਆ ਤੋਂ ਆਉਂਦੇ ਸੀ। ਉਹਦਾ ਪਿੱਛੋਂ ਯੂਪੀ ਤੋਂ, ਬਿਹਾਰ ਤੋਂ? ਨਹੀਂ, ਬਿਹਾਰ ਤੋਂ। ਬਿਹਾਰ ਤੋਂ? ਉਹ ਤੈਨੂੰ ਪਤਾ ਦੂਜਾ ਨੈਵੀਗੇਸ਼ਨ ਚਲਾਇਆ? ਨੈਵੀਗੇਸ਼ਨ ਸੱਪ ਪਤਾ? ਸੱਪ ਨਾਗ, ਨਾਗ ਪਤਾ? ਨਾਗ ਉਹਨਾ ਸੱਪ ਦੀ ਮਣੀ ਪਤਾ? ਮਣੀ ਸੱਪ ਦੀ ਮਣੀ ਜਾਣਦੇ ਹੋ? ਜਿਹੜੀ ਚਮਕਦੀ ਹੁੰਦੀ ਆ। ਮੈਂ ਚੱਲਾਂ ਉੱਥੇ ਸੱਪ ਦੀ ਮਣੀ ਲੈਣ। ਮੈਨੂੰ ਨਾ ਸਾਥ ਚਾਹੀਦਾ ਸੀਗਾ। ਜਿੱਦਾਂ ਨਾ ਉੱਥੇ ਜਿਹਦਾ ਜਿੱਥੇ ਜਾਣਾ ਆ ਆਪਾਂ ਸੱਪਾਂ ਦੇ ਘਰ, ਉੱਥੇ ਸੱਪ ਦਾ ਘਰ ਆ, ਯਾਨੀ ਕਿ ਬਹੁਤ ਵੱਡਾ। ਉਹਦੇ ਨਾਲ ਨਾ ਜਿੱਦਾਂ ਇੱਕ ਸੱਪ ਰਹਿੰਦਾ ਆ, ਇੱਛਾਧਾਰੀ, ਇੱਛਾਧਾਰੀ ਸੱਪ ਰਹਿੰਦਾ। ਉਹਦੇ ਸਿਰ 'ਤੇ ਮਣੀ ਲੱਗੀ ਆ। ਜੇ ਉਹ ਮਣੀ ਆਪਣੇ ਹੱਥ ਵਿੱਚ ਆ ਗਈ ਨਾ, ਤੂੰ ਸੱਪ ਤੋਂ ਜਿਹੜਾ ਮਰਜ਼ੀ ਕੰਮ ਕਰਵਾ ਲਾ, ਉਹ ਮਣੀ ਲੈਣ ਚੱਲਿਆ ਗਾ ਸੱਪ ਦੀ। ਉਹ ਨਾ ਜਿਹੜੀ ਮਣੀ ਆ, ਮੈਨੂੰ ਚਾਹੀਦਾ ਸੀਗਾ ਸਾਥ, ਮੇਰੇ ਨਾਲ ਕੋਈ ਤੁਰਿਆ ਨਹੀਂ। ਜਿੱਦਾਂ ਹੁਣ ਤੁਸੀਂ ਬੈਠ ਗਏ ਮੇਰੇ ਨਾਲ, ਤੁਹਾਨੂੰ ਜਿੱਦਾਂ ਮੈਂ ਨਾਲ ਕਹੂੰਗਾ, ਜਿਹੜਾ ਸੱਪ ਆ ਆਪਾਂ ਸੱਪਾਂ ਦੇ ਕੋਲ ਜਾਣਾ ਆ। ਹੈਂ? ਉੱਥੋਂ ਹੈਗਾ 15 ਕੁ ਮਿੰਟ ਦਾ ਰਸਤਾ। 15 ਮਿੰਟ ਦਾ ਰਸਤਾ? ਹਾਂ। ਕਿੰਨਾ ਮਤਲਬ ਫਗਵਾੜਾ ਤੋਂ ਅੱਗੇ? ਹਾਂ ਥੋੜ੍ਹਾ ਜਿਹਾ। ਤੂੰ ਨਾ ਉਹ ਸੱਪ ਦੇ ਸਿਰ ਦੇ ਉੱਪਰੋਂ ਮਣੀ ਕੱਢਣੀ ਹੈ ਇੱਦਾਂ। ਮੈਂ? ਹਾਂ। ਜੇ ਤੂੰ ਨਹੀਂ ਕੱਢ ਸਕਦਾ, ਗੋਲੂ ਨੂੰ ਕਹਿ ਦੇਵਾਂਗੇ। ਗੋਲੂ, ਗੋਲੂ ਤੂੰ ਕੱਢੂਗਾ ਸੱਪ ਦੀ ਗੋਲ ਮਣੀ? ਹੈਂ? ਉਹਦੇ ਉਹਦਾ ਸੱਪ ਜਿਹਦੇ ਆਪਾਂ ਕੱਢਣੇ ਆ ਨਾ ਮਣੀ ਕੱਢਣੀ ਆ, ਉਹਦੇ ਦੰਦ ਹੈਗੇ ਏਡੇ ਏਡੇ, ਏਡੇ ਏਡੇ ਦੰਦ ਆ। ਉਹ ਏਦਾਂ ਝਪੱਟਾ ਮਾਰ ਕੇ ਬੰਦੇ ਨੂੰ ਲੈ ਜਾਂਦਾ, ਤੇ ਜਦੋਂ ਨਾ ਉਹ ਬੰਦੇ ਨੂੰ ਖਾਂਦਾ ਆ, ਜਿੱਦਾਂ ਆਪਣੀ ਖੋਪੜੀ ਵੱਡੀ ਹੁੰਦੀ ਆ, ਹੱਡੀਆਂ ਵੀ ਖਾ ਜਾਂਦਾ, ਬਸ ਉਹ ਇਕੱਲੀ ਨਾ ਖੋਪੜੀ ਬਾਹਰ ਸਿੱਟਦਾ, ਬਾਹਰ ਛੋਟੀ ਕਰਕੇ, ਛੋਟੀ ਕਰਕੇ ਖੋਪੜੀ ਬਾਹਰ ਸਿੱਟਦਾ। ਦਾ ਦੇ ਮੇਰੇ ਨਾਲ ਇੱਕ ਬੰਦਾ ਗਿਆ ਸੀ, ਉਹਦੀ ਖੋਪੜੀ ਮੈਂ ਸਾਂਭ ਕੇ ਰੱਖੀ ਆ। ਇਹ ਨਾਮ ਲਿਖਿਆ ਆ ਉਹ ਸੱਪ ਦਾ ਬਣਿਆ ਨਾ ਸੱਪ ਵਾਲਾ, ਇੱਦਾਂ ਖਾ ਜਾਂਦਾ ਆ ਖੋਪੜੀ ਬਾਹਰ ਸਿੱਟਦਾ ਆ। ਇਹ ਮੈਂ ਵੀ ਇਕੱਠੀਆਂ ਕਰਦਾ, ਇਹ ਨਾ ਜਦੋਂ ਮੇਰੇ ਤੋਂ 5 ਖੋਪੜੀਆਂ ਇਕੱਠੀਆਂ ਹੋ ਗਈਆਂ, ਉਹ ਫਿਰ ਨਾ ਮੈਂ 5 ਖੋਪੜੀਆਂ ਸੱਪ ਨੂੰ ਦਊਂਗਾ, ਵੀ ਸੱਪ ਨੇ ਮੈਨੂੰ ਮਣੀ ਦੇ ਦੇਣੀ।
ਉਹ ਆਪਾਂ ਚੱਲੇ ਹਾਂ ਉੱਥੇ, ਉੱਥੇ ਜਾ ਕੇ ਜੇ ਤਾਂ ਤੈਨੂੰ ਸੱਪ ਨੇ ਫੜ ਲਿਆ ਤੈਨੂੰ ਮੈਂ ਬਚਾ ਲੂੰਗਾ, ਜੇ ਨਾ ਫੜਿਆ ਤਾਂ ਤੂੰ ਮਣੀ ਕੱਢ ਲਈ। ਆਪਾਂ ਨੇ ਤਾਂ 5 ਖੋਪੜੀਆਂ ਨਹੀਂ ਤਾਂ ਮੈਨੂੰ ਦੇਣੀਆਂ ਪੈਣੀਆਂ, ਨਹੀਂ ਤਾਂ ਤੂੰ ਉੱਦਾਂ ਹੀ ਖਿੱਚ ਕੇ ਲੈ ਆਈ, ਇੱਦਾਂ ਤੈਨੂੰ ਮੈਂ ਲੱਤਾਂ ਤੋਂ ਫੜ ਕੇ ਐਂ ਖਿੱਚ ਲੂੰਗਾ ਬਾਹਰ, ਠੀਕ ਹੈ? ਚਲੋ ਚੱਲਦੇ ਹਾਂ, ਚਲੋ ਜੇ ਕੁਛ ਹੋ ਗਿਆ ਆਪਣੀ ਜ਼ਿੰਮੇਵਾਰੀ ਨਹੀਂ ਹੈਗੀ। ਕੁਛ ਨਹੀਂ ਮਿਲਣਾ, ਮਣੀ ਮੈਂ ਹੀ ਰੱਖਣੀ ਆ, ਕੁਛ ਨਹੀਂ ਮਿਲਣਾ ਤੁਹਾਨੂੰ। ਕੁਛ ਨਹੀਂ ਮਿਲਣਾ, ਇੱਕ ਡਿਊ ਪੈਪਸੀ ਪਿਲਾ ਦੂੰਗਾ ਤੁਹਾਨੂੰ। ਚਲੀਏ ਗੋਲੂ ਤਿਆਰ ਆ, ਤਿਆਰ ਆ, ਹੈਲੋ। ਹਾਂਜੀ, ਮੈਂ ਕਿਹਾ 2 ਬੰਦੇ ਚੱਕ ਲਏ ਆਪਾਂ। ਹਾਂਜੀ ਹਾਂਜੀ, ਇੱਕ ਦਾ ਨਾਮ ਸੂਰਜ, ਇੱਕ ਦਾ ਨਾਮ ਗੋਲੂ। ਚੱਕ ਕੇ ਤਾਂ ਆਪਾਂ ਸਿੱਧਾ ਸੱਪਾਂ ਦੇ ਬਾੜੇ ਸਿੱਟ ਦੇਣੇ ਆ, ਖਤਮ। ਹਾਂਜੀ, ਸੱਪ ਭੁੱਖੇ ਵੀ ਆ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਹੈ ਜੀ। ਅੰਗੂਠੇ ਇਹਨਾਂ ਦੇ ਹੈਗੇ ਆ, ਨਹੀਂ ਨਹੀਂ ਸੱਪਾਂ ਦੇ ਘਰ ਸਿੱਟ ਦੇ, ਆਪ ਹੀ ਖਾ ਲੂਗੇ ਜੀ ਉਹ। ਅੱਛਾ ਚਲੋ ਠੀਕ ਹੈ। ਦੇਖੋ ਯਾਰ, ਮੇਨ ਸਾਨੂੰ ਬੰਦੇ ਹੀ ਚਾਹੀਦੇ ਸੀ, ਉਤਾਰ ਦੋ ਯਾਰ ਭਾਈ, ਜਦੇ ਸਾਨੂੰ ਇੱਥੇ ਜਾਣਾ ਨਹੀਂ ਹੈਗਾ ਯਾਰ, ਡਰ ਲੱਗਦਾ ਪਿਆ। ਉਹ ਭਾਈ ਯਾਰ ਉਤਾਰ ਦੋ ਭਾਈ, ਡਰ ਲੱਗਦਾ ਪਿਆ, ਉਤਾਰ ਦੋ ਯਾਰ ਭਾਈ, ਭਾਈ ਯਾਰ ਉਤਾਰ ਦੋ ਯਾਰ, ਡਰ ਲੱਗਦਾ ਪਿਆ, ਨਹੀਂ ਜਾਣਾ ਭਾਈ, ਉਤਾਰ ਦੋ ਯਾਰ, ਉਤਾਰ ਦੋ ਭਾਈ, ਉਤਾਰ ਦੋ ਯਾਰ ਭਾਈ, ਉਤਾਰ ਦੋ ਯਾਰ ਭਾਈ। ਅੱਛਾ ਮੇਰੀ ਗੱਲ ਸੁਣ, ਮੇਰੀ ਗੱਲ ਸੁਣੋ, ਮੈਂ ਕਰਦਾ ਸੀ ਮਜ਼ਾਕ, ਆਹਦੇ ਲੱਗਾ ਕੈਮਰਾ, ਮੈਂ ਬਣਾਉਂਦਾ ਸੀ ਵੀਡੀਓ, ਅੱਗੇ ਤੋਂ ਕਦੀ ਇੱਦਾਂ ਗਲਤ ਆਦਮੀ ਨਾਲ ਬੈਠੂੰਗੇ? ਮਾਫ਼ੀ ਮੰਗੋ, ਐਂ ਕਹਿ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦਿਓ, ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦਿਓ। ਅੱਗੇ ਤੋਂ ਗਲਤ ਕਦੀ ਗੱਡੀ ਚ ਨਹੀਂ ਬੈਠਣੇਗਾ, ਅੱਗੇ ਤੋਂ ਕਦੀ ਗਲਤ ਗੱਡੀ ਚ ਨਹੀਂ ਬੈਠਣਾ, ਲਿਫਟ ਨਹੀਂ ਲੈਣੀ ਜੇ ਸੱਚੀ ਤੁਹਾਨੂੰ ਸੱਪਾਂ ਦੇ ਸਾਈਡ ਤੋਂ।